ਉਹ ਸਾਡੇ ਜਿਹੜੇ ਖਾਸ ਚੇਚੇ ਪ੍ਰਾਹੁਣੇ ਨੇ ਜਿਹਨਾਂ 'ਤੇ ਸਾਨੂੰ ਮਾਣ ਹੈ, ਬਹੁਤ ਸਾਫ਼ ਸੁਥਰਾ ਉਹ ਰੰਗ ਵਿਖਾਉਂਦੇ ਨੇ, ਕਾਮੇਡੀ ਕਰਦੇ ਨੇ, ਰੌਣਕ ਲਾਉਂਦੇ ਨੇ, ਜੱਗ ਧੁੰਮੇ ਨੇ, ਅਤੇ ਸਾਡਾ ਮਾਣ ਹੈ ਤੁਹਾਡੇ ਸਾਰਿਆਂ ਦੀਆਂ ਤਾੜੀਆਂ ਦੇ ਵਿੱਚ। ਸਾਡੇ ਪਿਆਰੇ ਸਲੀਮ ਅਲਵੇਲਾ ਜੀ ਤਸ਼ਰੀਫ ਲੈ ਰਹੇ ਨੇ। ਜਿੰਨੇ ਜਿੰਨੀ ਛੇਤੀ ਤੁਸੀਂ ਆਏ ਹੋ ਨਾ, ਇੰਨੇ ਬੰਦੇ ਇਹ ਤੁਹਾਡੀ ਮੁਹੱਬਤ 'ਚ ਬੈਠੇ, ਕਿਉਂਕਿ ਇਹ 10 ਵਜੇ ਮੁਕਾਬਲੇ ਬੈਠੇ ਸੀ ਸਾਰੇ ਸਿੰਗਰ। ਅਸੀਂ ਅੱਗੇ ਬੈਠੇ, ਅਸੀਂ ਕੋਈ ਅੱਛੇ ਫਨਕਾਰ ਬਣ ਕੇ ਨਹੀਂ ਆਏ, ਅਤੇ ਅਸੀਂ ਪੰਜਾਬ ਵਾਸਤੇ ਆਏ ਹਾਂ, ਕਿਉਂਕਿ ਅਸੀਂ ਉਰਦੂ ਚੈਨਲ 'ਤੇ ਬਹਿ ਕੇ ਪੰਜਾਬੀ ਬੋਲ ਰਹੇ ਹਾਂ, ਅਸੀਂ ਪੰਜਾਬੀ ਦਾ ਪ੍ਰਚਾਰ ਕਰ ਰਹੇ ਹਾਂ, ਸਾਡੀ ਮਾਂ ਬੋਲੀ ਆ। ਮੇਰੇ ਤਾਂ ਘਰ ਵੀ ਕੋਈ ਬੱਚਾ ਬੋਲੇ ਨਾ, ਮੈਂ ਕਿਹਾ ਸਕੂਲੇ ਬੋਲੀ, ਘਰ ਪੰਜਾਬੀ ਬੋਲੀ, ਚੜ ਕੇ ਕਹਿਣਗੇ ਪਹਿਲੇ ਤੇਰੀ ਥੁੱਕ ਥੱਲੇ ਜਾਂਦੀ ਕਿ ਮੇਰੀ। ਸਹੀ ਗੱਲ ਹੈ, ਪੜ੍ਹੇ ਲਿਖੇ ਬੱਚੇ ਨੇ ਆਪਣੇ ਮਾਂ ਪਿਓ ਕੋਲੋਂ ਮੰਗਦੇ ਨਾ, ਪਾਪਾ ਪੀਜ਼ਾ ਖਾਣਾ ਹੈ, ਪਾਪਾ ਸਿੰਗਰ ਬਰਗਰ। ਤੁਹਾਡੇ ਬੱਚੇ ਵੀ ਮੈਂ ਵੇਖੇ ਨੇ ਸਵੇਰੇ ਉੱਠਦੇ ਹੀ ਆਪਾਂ ਚੂਪਾ ਲੈ ਕੇ ਦੇ, ਉੱਥੋਂ ਦੁਕਾਨ ਤੋਂ ਮਿਲ ਜਾਂਦਾ। ਸਹੀ ਗੱਲ ਹੈ, ਉਹ ਤੇਰੀ ਤੇ ਬੇਗਮ ਵੀ ਐਡੀ ਅਨਪੜ੍ਹ ਆ। ਸਹੀ ਗੱਲ ਇਹਦੀ, ਨਵੀਂ ਨਵੀਂ ਸ਼ਾਦੀ ਹੋਈ, ਬੇਗਮ ਨੂੰ ਕਹਿੰਦਾ ਚੱਲ ਭੱਲੀਏ ਲੋਕੇ ਹਨੀਮੂਨ ਮਨਾਉਣ ਚੱਲੀਏ। ਉਹ ਅਨਪੜ੍ਹ, ਉਹਨੂੰ ਪਤਾ ਹੀ ਨਹੀਂ, ਕਹਿੰਦੇ ਮੈਂ ਤਾਂ ਕੱਪੜੇ ਧੋਣ ਲੱਗੀ, ਆਪਣੀ ਮਾਂ ਨੂੰ ਲੈ ਜਾ। ਮੈਂ ਇਸੇ ਵਜ੍ਹਾ ਤੋਂ ਆਪਣੀ ਕੁੜੀ ਨੂੰ ਤਲਾਕ ਦਿੱਤੀ। ਕਿਉਂ ਜੀ? ਸਾਰੀਆਂ ਗੱਲਾਂ ਜਾ ਕੇ ਭਰਾਵਾਂ ਨੂੰ ਦੱਸਦੀ। ਦੇਖੋ, ਭਰਾਵਾਂ ਨੂੰ ਹੀ ਦੱਸਣਾ ਹੁੰਦਾ, ਹੋਰ ਖੋਖੇ ਵਾਲੇ ਨੂੰ ਦੱਸਣ? ਸਹੀ ਗੱਲ ਆ। ਇੱਕ ਦਿਨ ਮੇਰੇ ਘਰ ਗਿਆ, ਮੈਂ ਕਿਹਾ ਭਾਬੀ ਕਿੱਥੇ, ਕਹਿੰਦਾ ਮੈਂ ਤਲਾਕ ਦੇ ਦਿੱਤੀ। ਮੈਂ ਕਿਹਾ ਕਿਉਂ? ਕਹਿੰਦਾ ਮੈਨੂੰ ਚਾਹ 'ਚ ਤਵੀਜ਼ ਘੋਲ ਘੋਲ ਪਿਆਉਂਦੀ ਹੈ। ਉਹ ਬਾਅਦ 'ਚ ਮੈਂ ਦੱਸਿਆ, ਨਲਾਇਕਾ ਇਹ ਟੀ ਪੈਕ ਆ। ਆਪ ਤਾਰਕ ਅਜ਼ੀਜ਼ ਸ਼ੋਅ ਦੇ ਵਿੱਚ ਗਏ, ਤਾਰਕ ਅਜ਼ੀਜ਼ ਸਾਹਿਬ ਕਹਿੰਦੇ ਮੈਂ ਕੌਣ ਸਾ ਜਾਨਵਰ ਹੈ ਜਿਸਕੇ ਮੂੰਹ ਮੇ ਦਾਂਤ ਨਹੀਂ, ਉੱਠ ਕੇ ਕਹਿੰਦੇ ਮੇਰੀ ਦਾਤੀ। ਤੇ ਆਪ ਜੀ ਤੋਂ ਪਾਕਿਸਤਾਨ ਗਿਆ, ਫਾਤ ਮੁਸਤਫਾ ਕਹਿੰਦਾ ਕੌਣ ਸਾ ਡੱਬਾ ਖੋਲੂ, ਇਸਮੇ 3 ਤੋਲੇ, ਇਸਮੇ 4, ਇਸਮੇ 10, ਕੌਣ ਸਾ ਖੋਲੂ? ਕਹਿੰਦਾ ਲਾਹੌਰੋਂ ਆਏ ਆ, ਰੋਟੀ ਵਾਲਾ ਡੱਬਾ ਖੋਲ। ਆਪ ਮੈਨੂੰ ਕਹਿੰਦੇ ਹੋ ਤੇਰਾ ਉਸਤਾਦ ਮਸ਼ਹੂਰ ਹੋ ਗਿਆ। ਮੈਂ ਕਿਹਾ ਅੱਛਾ ਜੀ। ਕਹਿੰਦਾ ਉਹ ਫਾਹਦ ਮੁਸਤਫਾ ਦੇ ਵਿੱਚ ਸ਼ੋਅ ਦੇ ਵਿੱਚ ਆਵਾਜ਼ ਨਹੀਂ ਆਉਂਦੀ, ਲੇਲੇ 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 ਮੇਰੀ ਹੈ, ਉਹ ਡੱਬ ਕੀਤੀ, ਡੱਬ ਕੀਤੀ। ਹੋਰ ਠੀਕ ਹੋ ਤੁਸੀਂ? ਸ਼ੁਕਰ ਅਲਹਮਦੁਲਿਲਾ, ਤੁਸੀਂ ਸੁਣਾਓ? ਸ਼ੁਕਰ ਹੀ ਹੋਣਾ ਚਾਹੀਦਾ। ਟਾਂਗੇ ਵਾਲੇ ਦਾ ਰੌਲਾ ਪਾ ਲੈ, ਕਹਿੰਦਾ ਭਾਏ ਨਾ ਚੋਰ ਸੋਚ ਕਿੱਥੇ ਹੁੰਦਾ। ਉਹ ਦੱਸਣ ਹੀ ਲੱਗਾ ਸੀ, ਉੱਤੋਂ ਇਹ ਆ ਗਿਆ, ਕਹਿੰਦਾ ਹੁਣ ਇਹਦੇ ਸਾਹਮਣੇ ਮੈਂ ਨਹੀਂ ਦੱਸਣਾ, ਕਿਉਂਕਿ ਇਹਨੇ ਨੱਪ ਕੇ ਦੌੜ ਜਾਂਦਾ। ਆਪਣੇ ਅੰਬੇ ਨੂੰ ਛੱਤ ਤੋਂ ਧੱਕਾ ਦੇ ਕੇ ਕਹਿੰਦਾ ਡਿਊ ਨਾ ਪੀਆ ਤੂੰ ਕਿਆ ਜੀ ਗਿਆ। ਆਪਣੇ ਅੰਬੇ ਨੂੰ ਵੀ ਬਲਦੀ ਤੇਲ ਦੀ ਕੜਾਈ ਚ ਸੁੱਟਤਾ। ਮੈਂ ਕਿਹਾ ਕੀ? ਕਹਿੰਦਾ ਸਪਰਾਈਟ ਕਾ ਤੜਕਾ। ਇਹਦੇ ਗੜੀ ਸ਼ੋ ਜਿਹੜਾ ਬੰਦਾ ਮੱਛੀ ਨੀ ਤਲਦਾ, ਉਹ ਚ ਕੁੰਡੀ ਲਾ ਕੇ ਬੈਠਾ। ਮੈਂ ਕਿਹਾ ਖੈਰ ਆ, ਕਹਿੰਦਾ ਇੱਥੋਂ ਹੀ ਲੱਗ ਜਾਣੀ। ਅੱਛਾ ਉਸਤਾਦ ਜੀ, ਮੈਂ ਤੁਹਾਡਾ ਸ਼ਾਗਿਰਦ। ਮੈਂ ਇੱਕ ਵਾਰੀ ਇਹਨਾਂ ਦੇ ਘਰ ਗਿਆ, ਸਰਦੀ ਹੈ ਨਹੀਂ, ਇਹਦੇ ਵਾਲਦ ਸਾਹਿਬ ਨੇ ਮੱਛੀ ਪਕਾਈ, ਇੱਕ ਬੋਟੀ ਦੇ ਵਿੱਚ ਸ਼ੋਰਾ ਹੀ ਸ਼ੋਰਾ। ਉਹ ਮੈਂ ਫੜਾ ਕਦੀ ਬੋਟੀ ਆਇਆ ਨੂੰ, ਜਦੋਂ ਕਦੀ ਆਇਆ ਨੂੰ, ਇਹ ਤਾਂ ਆਪਾਂ ਕਹਿੰਦਾ ਫੜ ਲਾ ਪੁੱਤਰ ਬੋਟੀ ਫੜ। ਮੈਂ ਤਾਂ ਮੱਛੀ ਰਾਵੀ ਤੋਂ ਫੜ ਕੇ ਲਿਆ। ਮੈਂ ਕਿਹਾ ਚਾਚਾ ਜੀ ਤੁਹਾਡੀ ਹਿੰਮਤ ਆ, ਤੁਸੀਂ ਉੱਥੋਂ ਫੜੇ, ਮੇਰੇ ਕੋਲ ਪਿਆਲੀ ਚੋਂ ਨਹੀਂ ਫੜੀ ਜਾ। ਵਾਹ 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 ਵਾਹ, ਕਿਆ ਕਹਿੰਦੇ ਨੇ, ਅੰਗਰੇਜ਼ਾਂ ਦਾ ਮੁਰਸ਼ਦ ਹੁੰਦਾ। ਔਰ ਉਹਨਾਂ ਦੀ ਕਟਿੰਗ ਦੇਖੋ, ਮਾਨਾ ਲੱਗਦਾ ਖਿਡੌਣੇ ਦਾ ਡਰਾਈਵਰ ਹੁੰਦਾ। ਸਲੀਮ ਸਾਹਿਬ ਦੇ ਵਾਲਦ ਸਾਹਿਬ ਫੌਤ ਹੋ ਗਏ, ਤੇ ਛੋਟੀ ਜਿਹੀ ਕਬਰ ਕੱਢੀ ਹੈ ਬੱਚੇ ਜਿੱਡੀ ਹੈ ਨਿੱਕੀ ਜਿਹੀ। ਉਹ ਮੈਂ ਕਿਹਾ ਫਾਦਰ ਸਾਹਿਬ ਫੌਤ ਹੋਏ, ਛੋਟੀ ਜਿਹੀ ਕਬਰ? ਕਹਿੰਦਾ ਮੈਂ ਟੋਟੇ ਕਰਕੇ ਦਫਨਾਉਣਾ। ਇਹਦੇ ਵੀ ਵਾਲਦ ਸਾਹਿਬ ਮਰ ਗਏ, ਦਫਨਾ ਕੇ ਘਰ ਆਏ। ਇਹਦੀ ਅੰਮੀ ਕਹਿੰਦੀ ਆਫਤ, ਤੇਰੇ ਅੱਬੇ ਨੂੰ ਜਗ੍ਹਾ ਬਹੁਤ ਸੋਹਣੀ ਮਿਲ ਗਈ ਆ। ਕਹਿੰਦਾ ਫਿਰ ਅੱਗੇ ਦੁਕਾਨਾਂ ਪਾ ਲਈਏ। ਇਹਦੇ ਵਾਲਦ ਸਾਹਿਬ ਫੌਤ ਹੋ ਗਏ, ਇਹਦੀ ਵਾਲਦਾ ਰੋ ਕੇ ਇਹਦੇ ਦਾ ਦੁੱਖ ਬੋਲਣ ਦੀ, ਕਹਿੰਦੀ ਸਲੀਮ
तेरे अबे नू कफन बहुत सोहना लगा, कहिंदा नाल तिले वाली जुत्ती हुंदी ना। इहदा ताया नहर च डुब के मर गया, अठवें दिन लाश लभी, घर लिया के नहाउण लगे, कहिंदा इदां ही दफना दिओ, नहाउंदा ही मरिया। इहदे मल्लिओ जनाजा लंघिआ ते पिछे दौड़ पिआ, मैनू मूंह वहा दिओ, मैनू मूंह वहा दिओ। उन्हें जनाजा रखिआ, कहिंदा सॉरी इह बंदा ही नहीं। आप ही एक जनाजे तो जुतियां खा रही हैं, सारे कह रहे कलमा शहादत ते कला ढो के कहीं गए जिंदाबाद। वो मरने काउंसलर दा जनाजा ही ना, कहना फिर भी मारना सी। इहदे बादल साहब बहुत हो गए ते कबर खोद के ना विच निब्बल सुट्टण डिया। मैं कहा की करन डिया, कहिंदा अब्बा जी नूं सकंजवी बहुत पसंद सी। इहदे अब्बे नूं महल्ले सारे कुक्कड़ कहिंदे सी। ਇਹ ਜਦੋਂ ਆਪਾਂ ਮਰ ਗਿਆ ਨਾ ਤੇ ਐਵੇਂ ਕਹਿੰਦਾ ਉਹ ਥੱਲੇ ਰੂਮ ਵਿਛਾ ਲਓ, ਮੇਰਾ ਆਪਾਂ ਬਹੁਤ ਨਾਜ਼ੁਕ ਆਦਮੀ ਸੀ, ਉਹ ਥੋੜ੍ਹੀ ਜਿਹੀ ਪਰਾਲੀ ਵੀ ਲਾ ਲਓ। ਇੱਕ ਬੰਦਾ ਕਹਿੰਦਾ ਮੱਲੇ ਜਿਹਨੂੰ ਕੁੱਕੜ ਕਹਿੰਦੇ ਥੋੜ੍ਹਾ ਦਾਣਾ ਵੀ ਪਾ ਦੇ। ਸੱਚਾ ਵਾਕਿਆ ਸੁਣਾਵਾਂ ਤੁਹਾਨੂੰ। ਹਾਂਜੀ, ਇੰਡੀਆ ਗਏ ਨੇ ਤੇ ਉੱਥੇ ਹਿੰਦੂ ਬਣ ਕੇ ਫਿਰ ਰਹੇ ਨੇ ਆਪਣੇ ਵੱਲੋਂ, ਤੇ ਕਿਸੇ ਨੇ ਨਹੀਂ ਪਛਾਣਿਆ, ਮਤਲਬ ਸਹੀ ਫਿਰੀ ਜਾਣਦੇ ਨੇ। ਮਾੜੀ ਜਿਹੀ ਗੱਲ ਤੋਂ ਫੜੇ ਗਏ, ਉਹਨਾਂ ਨੇ ਜੁੱਤੀਆਂ ਮਾਰੀਆਂ, ਉਹਨਾਂ ਨੇ ਪ੍ਰਸਾਦ ਦਿੱਤਾ ਤੇ ਕਹਿੰਦਾ ਨਜ਼ਰ ਅੱਲਾਹ ਤੇ ਅਜ਼ੇ ਹੁਸੈਨ। ਇਹ ਵੀ ਯਕੀਨ ਕਰੋ, ਪਹਿਲੀ ਵਾਰੀ ਕਰਬਲਾ ਗਿਆ, ਉੱਥੇ ਜਨੂਨ ਇੰਨਾ, ਉੱਥੇ ਕਹਿੰਦਾ ਜਾ ਰਿਹਾ ਲੱਬੈਕ ਯਾ ਹੁਸੈਨ, ਲੱਬੈਕ ਯਾ ਹੁਸੈਨ। ਇੱਕ ਸੈਨ ਚਲ ਗਿਆ। ਮੁਸਕਰਾਹਟ ਟੀਵੀ ਕੀ ਵੀਡੀਓ ਦੇਖਣੇ ਕੇ ਲੀਏ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰੇ ਔਰ ਮਜ਼ੀਦ ਅਪਡੇਟ ਕੇ ਲੀਏ ਬੈਲ ਆਇਕਨ ਪ੍ਰੈਸ ਕਰੇ। ਸ਼ੁਕਰੀਆ।